ਇਵੇ ਹਾ ਰੱਬ ਰਹਿਮਾਨੰਦ ਘਰ ਵਿੱਚ ਆਵਣ ਵਾਲਾ ਓ ਮੈਂ ਆਇਆ ਬੋਲੋ ਕੋਈ ਹੋਰੇ ਰੱਬ ਰਹਿਮਾਨੰਦ ਘਰ ਵਿੱਚ ਆਵਣ ਵਾਲਾ ਓ ਮੈਂ ਆਇਆ ਬੋਲੋ ਕੋਈ ਹੋਰੇ ਰੱਬ ਰਹਿਮਾਨੰਦ ਘਰ ਵਿੱਚ ਆਵਣ ਵਾਲਾ खाने नो किबला बड़ा मन वाला ओ मैं आया बोला कोई हो रे मेहरबान बिल्कुल टाइम ते नारा लगे ये गल मैं तुहानू आदा ਜ਼ਾਕਰ ਨੂੰ ਟਾਈਮ ਟਾਈਮ 'ਤੇ ਪੜ੍ਹੇ ਦਿਓ ਉਹਦਾ ਹੱਕ ਬਣਦਾ ਵੇ ਵਾਹ ਵਾਹ ਕਰਦੇ ਹੋ ਦਾਦਾ ਦਿੰਦੇ ਹੋ ਤਾਂ ਕਿ ਜ਼ਿਕਰ 'ਚ ਰੰਗ ਦੁਬਾਲਾ ਹੋ ਜਾਏ ਬੜੀ ਬੜੀ ਮਿਹਰਬਾਨੀ ਹੁਣ ਮੈਂ ਉਹਨਾਂ ਲਾ ਲਾਉਂਦੀ ਤਾਂ ਮਿੰਨਤ ਨਹੀਂ ਕਰਨੀ ਉਹ ਬੈਠੇ ਨੇ ਫਰਾਂਸ ਹੁਣ ਮੈਂ ਉਹਦੇ ਯਾ ਤਾਂ ਆਖੋ ਮੈਂ ਮੈਂਬਰ ਉਸ ਪਾਸੇ ਕਰਾਂ ਪਹਿਲੇ ਤਾਂ ਮੈਂ ਵਾਸਤਾ ਪਾ ਤਾਂ ਮੈਂ ਕਿ ਯਾਲੀ ਦਾ ਵਾਸਤਾ ਵੇ ਇੱਥੇ ਆ ਜਾਓ ਮੈਂ ਉਹ ਨਹੀਂ ਉਹਨਾਂ ਮੇਰੀ ਨਹੀਂ ਮੰਨੀ ਮੈਂ ਉਹਨਾਂ ਦੀ ਨਹੀਂ ਮੰਨਣਾ ਬੈਠ ਰਹੋ ਬਈ ਨੋ ਟੈਨਸ਼ਨ ਤੁਸੀਂ ਮੇਰੇ ਵਾਲੇ ਪਾਸੇ ਲਾਲਾ ਨਾਰੇ ਵਾਲਾ ਤੁਸੀਂ ਜਾਣੋ ਤਾਂ ਇੱਕ ਇੱਕ ਨਾਰਾ ਨਾਲ ਨਾਲ ਮਾਰਦਾ ਮੈਂ ਤਾਂ ਕਿ ਕੰਮ ਟੁਰਿਆ ਰਹੇ ਉਹਦੇ ਮੈਂ ਨਹੀਂ ਵੇਦਾ ਉਹਨਾਂ ਮੇਰੀ ਨਹੀਂ ਮੰਨੀ ਮੈਂ ਉਹਨਾਂ ਦੀ ਨਹੀਂ ਮੰਨਦਾ ਇੱਕ ਤਾਂ ਬੋਲੋ ਹਾਇਦਰੀ ਰੱਬ ਰਹਿਮਾਨ ਦੇ ਘਰ ਵਿੱਚ ਆਉਣ ਵਾਲਾ ਉਹ ਮੈਂ ਹਾਂ ਜਾਂ ਬੋਲੋ ਕੋਈ ਹੋਰ ਹੈ ਉਹਨਾਂ ਕਹਿ ਜੀ ਉਹ ਤੁਸੀਂ ਹੋ ਸਮਝ ਸਵਾਲਾਂ ਦੀ ਆ ਰਹੀ ਹੈ ਨਾ ਉਹ ਤੁਸੀਂ ਹੋ ਇਮਾਂ ਫਰਮਾਏ ਓਕੇ ਪਹਿਲਾ ਸਵਾਲ ਗਿਆ ਮੁੱਖ ਇਮਾਂ ਫਰਮਾਇਆ ਮੈਨੂੰ ਦੂਜੇ ਸਵਾਲ ਦਾ ਜਵਾਬ ਓ ਲਾਲਾ ਹੈਲੋ ਇਮਾਂ ਫਰਮਾਇਆ ਮੈਨੂੰ ਦੂਜੇ ਸਵਾਲ ਦਾ ਜਵਾਬ ਦਿਓ ਹੁਣੇ ਉਹ ਕਹਿੰਦੇ ਨੇ ਦੂਜਾ ਕਿਹੜਾ ਸਵਾਲ ਇਮਾਂ ਫਰਮਾਇਆ ਮੇਰਾ ਦੂਜਾ ਸਵਾਲ ਇਵੇਂ ਦੱਸੋ ਤਾਂ ਸਹੀ ਕਿਆ ਤੁਹਾਡੇ ਜੋ ਕਹਿੰਦੇ ਗਰ ਜਬਰੀਲ ਅਮੀਨ ਵੀ ਆਇਆ ਏ ਕਿਆ ਤੁਹਾਡੇ ਪੁੱਤਰਾ ਜੋ ਕਹਿ ਤੋ ਸਰਵਰ ਭਾਰਤ ਚਾਇਆ ਏ ਬੋਲ ਤਾਂ ਮਜਬੂਰੀਆਂ ਵੇਖਣ ਦਿੱਤਾ ਸ਼ਾਬਾਸ਼ ਭਾਈ ਹੱਥ ਉੱਚੇ ਜਿਵੇਂ ਭਾਈ ਪਹਿਲ ਜਿਵੇਂ ਹਾਂ ਭਾਈ ਜ਼ਿੰਦਾਬਾਦ ਮੇਰਾ ਬਾਬਾ ਦੇਸੀ ਘਿਓ ਦਾ ਪੱਲਾ ਹੋਇਆ ਬਾਬਾ ਅਲਹਮਦੁਲਿਲਾ ਸੁਣਾ ਭਾਈ ਕਿਆ ਤੁਹਾਡੇ ਜੋ ਕਹਿੰਦੇ ਗਰ ਜਬਰੀਲ ਅਮੀਨ ਵੀ ਆਇਆ ਏ ਕਿਆ ਤੁਹਾਡੇ ਪੁੱਤਰਾ ਜੋ ਕਹਿ ਕੋ ਸਰਵਰ ਭਾਰਤ ਜਾਇਆ ਏ ਕਿਆ ਤੁਹਾਡੇ ਜੋ ਕਹਿੰਦੇ ਗਰ ਜਬਰੀਲ ਅਮੀਨ ਵੀ ਆਇਆ ਏ ਕਿਆ ਤੁਹਾਡੇ ਪੁੱਤਰਾ ਜੋ ਕਹਿ ਕੋ ਸਰਵਰ ਭਾਰਤ ਜਾਇਆ ਏ ਠੋਕਰ ਨਾਲ ਮੁਰਦੇ ਕੋਠਾ ਮੜਵਾ ਮਿਹਰਬਾਨ ਸ਼ੁਕਰੀਆ ਮਿਹਰਬਾਨ 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 ਹੁਣ ਮੁਤਮਈਨ ਹੋਇਆ ਅਸੀਂ ਵੀ ਬੜੇ ਥੱਕੇ ਤੇ ਮੁੱਕੇ ਹੋਏ ਹਾਂ ਮੁਸਲਸਲ ਮਜਲਸਾ ਇਹ ਜਿਤਨੇ ਮਜਲਸਾ ਹਨ ਇਹ ਸ਼ਬੇਦਾਰੀਆਂ ਹਨ ਉਹ ਸ਼ਬੇਦਾਰੀ ਹੋਵੇ ਰਾਤ ਦੀ ਸਾਰੀ ਰਾਤ ਦੀਆਂ ਮਜਲਸਾਂ ਹੋਣ ਤਾਂ ਗੱਲੇ 'ਤੇ ਅਸਰ ਤਬੀਅਤ ਨਾ ਸਾਜ਼ ਅਤੇ ਜਾਗ 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 ਅਸੀਂ ਵੀ ਤਾਂ ਇਨਸਾਨ ਹਾਂ ਥੱਕ ਹੀ ਜਾਂਦੇ ਹਾਂ ਅੱਛਾ ਚਲੋ ਠੀਕ ਹੈ ਲਾਲੇ ਦੀ ਲਾਲੇ ਹੌਸਲ ਦੇ ਫਰਮਾਈਏ ਲਾਲੇ ਕਿ ਸੋਹਣਾ ਪੜਦੇ ਪਏ ਹੋ ਜਿਹੜਾ ਤੁਸੀਂ ਕਹਿਣਾ ਸੋਹਣਾ ਪੜਦੇ ਪਏ ਹੋ ਊਂ ਸੋਹਣੇ ਪੜ੍ਹਨ ਦੀ ਵਜ੍ਹਾ ਤੋਂ ਇੱਕ ਸੋਹਣਾ ਜਿਹਾ ਸ਼ੇਰ ਆ ਗਿਆ ਅਤੇ ਤੁਸੀਂ ਕਿ ਮਾਸ਼ਾਅੱਲਾ ਗਾਜ਼ੀ ਦੀ ਕਸਮ ਹੈ ਇੱਕ ਬੰਦਾ ਮੇਰੇ ਵਾਲੇ ਪਾਸੇ ਨਹੀਂ ਵੇਖ ਰਿਹਾ ਕੋਈ ਦੁਆ ਮੰਗ ਸ਼ਾਲਾ ਮੇਰੇ ਵਾਲੇ ਪਾਸੇ ਵੇਖ ਕੇ ਤਾਂ ਮੈਂ ਸ਼ੇਰ ਹੁੰਦੇ ਉਹਨੂੰ ਗਿਫਟ ਕਰਾਂ ਬਸ ਵੇਖ ਲਈਏ ਸ਼ੁਕਰੀਆ ਸਲੂਟ ਲਾ ਬਈ ਸਰ ਚੋ ਦੋ ਸਵਾਲ ਮੁੱਕ ਗਏ ਦੋ ਸਵਾਲ ਓਕੇ ਇਮਾਮ ਫਰਮਾਇਆ ਮੈਨੂੰ ਤੀਜੇ ਸਵਾਲ ਦਾ ਜਵਾਬ ਦਿਓ ਉਹ ਦਿਨ ਤੀਸਰਾ ਕਿਹੜਾ ਸਵਾਲ ਹੈ ਇਮਾਮ ਫਰਮਾਇਆ ਮੇਰਾ ਤੀਸਰਾ ਸਵਾਲ ਇਵੇਂ ਦੱਸੋ ਤਾਂ ਸਹੀ ਕਿਆ ਤੁਹਾਡੇ ਜੋ ਕਹਿੰਦਾ ਪਾਕ ਮੁਹੰਮਦ ਜੈਸਾ ਭਈਏ ਕਿਆ ਤੁਹਾਡੇ ਜੋ ਅਰਸ਼ਾ ਤੋਂ ਤਲਵਾਰ ਕਿਸੇ ਦੀ ਆਈਏ ਆਹਾ ਆਹਾ ਵਖਰਾ ਰੰਗ ਜਾ ਹੁਣ ਮਜ਼ਾ ਆਇਆ ਲਾਲਾ ਜ਼ਿੰਦਗੀ ਰਹੀ ਹੈਦਰੀ ਹੋਵੇ ਬਿਸਮਿਲ੍ਲਾ ਕਰਾਂ ਸੁਣਾ ਬਈ ਕਿਆ ਤੁਹਾਡੇ ਜੋ ਕਹਿੰਦਾ ਪਾਕ ਮੁਹੰਮਦ ਜੈਸਾ ਭਈਏ ਕਿਆ ਤੁਹਾਡੇ ਜੋ ਅਰਸ਼ਾ ਤੋਂ ਤਲਵਾਰ ਕਿਸੇ ਦੀ ਆਈਏ ਕਿਆ ਤੁਹਾਡੇ ਜੋ ਕਹਿੰਦਾ ਪਾਕ ਮੁਹੰਮਦ ਜੈਸਾ ਭਈਏ ਕਿਆ ਤੁਹਾਡੇ ਜੋ ਅਰਸ਼ਾ ਤੋਂ ਤਲਵਾਰ ਕਿਸੇ ਦੀ ਆਈਏ ਸਲਾਮ ਹਰ ਜੰਗ ਵਿੱਚ ਜਾਵਣ ਵਾਲਾ ਓ ਮੈਂ ਆਇਆ ਬੋਲੋ ਕੋਈ ਹੋਰ ਹੈ ਆਹਾ ਮਿਹਰਬਾਨ
मेहरबानी मेहरबानी। त्रै सवाल गए मुक, बहुत मेहरबानी। बाबा मेरे सामने बैठे थे, एडा सोना आकर्षना, क्या बात है, ते क्या बात बाबा बननी है। हूँ त्रै सवाल गए मुक, त्रै मुके नहीं, बाकी दो सवाल रह गए ने बाबा। त्रै गए नहीं मुक, त्रै सवाल मुक गए ना, त्रै सवाल मुक गए, बाकी रहने दो सवाल। अजम भाई दो सवाल, वो दो सवाल तेरे मजमे दे मत्थे ते लिखना चाहना। गाजी ते बापे फरमाया मैंने चौथे सवाल का जवाब दो। बंदे इंज कर कर दें जी, चौथा सवाल भी है, इमाम फरमाया पंजवा भी है। मैं सियालकोट ही मोहर्रम पढ़िया, मैं पूरी दी पूरी बोली तुहारी च पढ़िया, के ख्याल है भाई। वो सानू तजर्बे हो गए ना, सिंध बनो तो सिंधी बन जाते हैं, पंजाबी जो तो पंजाबी बन जाते हैं, सरेके जो तो बोलो यार जी। बिस्मिल्लाह करा, इमाम फरमाया मैंने चौथे सवाल का जवाब होने चाहिए। वो बंदा तो चौथा कहरा सवाल, गाजी के बाबे फरमाया मेरा चौथा सवाल ये दसो तो सही, क्या दाड़े जगे ने घर उतराया समाने तारे, कोई दैवन खैबर दे विच मरहब को ललकारे। बखरा रंग ये तो मैं तो बानी का खलूस ही मना गा, ये बाणी का खलूस है। लाला मजमा वेख पिछे तदीद कर, मजमा पूरा हो गई। इवें मेरे रस्ते दे बंदा पेट ठंडे की तेन का मजमा नहीं आता। वेख तो सही यार, अलहमदुल्ला ये तुहाडा खलूस है, बाणियों का खलूस है, बिलखल नजब दे वाली ने आप सड़ाया है। भाई जाओ मैं जले सिचा, हाँ भाई सुना भाई, क्या तुहाडे जागे दे घर तलवार चलावण वाला, ओ मैं आया बोलो कोई हो रे मरहब। सवाल कितने हैं टोटल? टोटल कितने सवाल हैं? पांच ते किन्ने चार मुक गए ना सवाल, ते इको सवाल है। एक गल करा तो मुकम्मल तवज्जो करो, सारे दे सारे सवाल एक पासे, इकल्ला सवाल एक पासे। अज मजरे से बानी दा की नाम है? साईं अरशद जिंदाबाद, जिक्र जिंदाबाद, मवाली जिंदाबाद, जग जिंदाबाद, जग दे गिलास ही जिंदाबाद। सैयद जल्दी जल्दी अकेला ही आमीन। हुसैन दी मजलिस च दुआवां कबूल होंदी, फरमान है 40 मोमिन खलूस नाल हुसैन दी मजलिस च आमीन आके तो दुआ कबूल होंदी। 40 मोमिन ते 40 तो ज्यादा बैठे ने, बड़ी बड़ी मेहरबानी। हुण सारे सवाल एक पासे, आखिरी सवाल एक पासे। इमाम फरमाया मैनू पंजवें सवाल का जवाब होने चाहिए। इंज करके बंदे आदन जी पंजवां सवाल कहड़ा है? इमाम फरमाया मेरा पंजवां सवाल, पंजवां सवाल, पंजवां सवाल। सलवात पढ़ो बाबा दे बुलंद भाई, माशाल्लाह जिंदगी दराज फरमावे, माँ हसन हुसैन की तरह सफर बे खतर फरमावे। ठीक हो? तबीयत पुरसकून है, पोजिशन बरकरार है, अल्हम्दुलिल्लाह। मजमा जुड़ा बैठे, हाँ कमाल है, आज वखरा रंग बुरिया ले दा। मेरा जिला लाइए तहसील करोड़े, सैयद का भी जिला लाइए तहसील करोड़े, पीर वासिफ शाह जी और मौला गवाए वड़ी रात है। मेरा पसंदीदा था कि असा पता नहीं तुम्हारी पसंद उस दे साड़ी ये पसंद है। बड़ा मुसैबी जाकर तो बड़ा सुरीला जाकर तो ये समझो उभरता हुआ सूरज। मौला जिंदगी दराज फरमावे, बाबे दा साया कैम हो, पीर वासिफ शाह साहब दा, सैयद अदनान शाह साहब मौला वड़े रंग लावे। चलो जितने मोमर बैठे हुए ना, सैयद हकी दुआ, मेरे हकी दुआ, साढ़े लंबे सफर होने तो मौला मजीद बख्त लावे, इंशाल्लाह ताला वड़े बख्त हो सन। आओ सर चौड़ी खा मेरे पास, मेरे वस होवे मैं परवाज करा, मैं इतों उड़ पवा, सीधा लगा वा नजब दे वाली दो, नजब दे वाली नु सुनवावा पंजवा सवाल। नजब दे वाली आके वाह जग वाह, पीर अली मेको वाह वाह करे, तुसा वाह वाह वेचनी है यार। आओ सर चौ, गाजी दे बाबे फरमाया मैंने पंजवें सवाल का जवाब होने चाहिए। वो इंज करके आदन पंजवा केड़ा सवाल है? गाजी दे बाबे ने फरमाया पंजवा सवाल मेरा एवे दसो तो सही, हे कोई जय दे दर ते अज तई मल कलमात खड़ा है, हे कोई जेड़ा वीर अलम विच जिन्ना
शाबाश शाबाश जिंदाबाद जिंदाबाद। बाबा बोलो ना, हाय दरी सुना भाई। हे कोई गेंदे दर ते अज ते मलकल मात खड़ा है, हे कोई जेड़ा फिर अलम विच जिन्ना नाल लड़ा है, जिन्ना तो कलमा पढ़वा माशाल्लाह माशाल्लाह कमाल है जी। छा गए सही ज्यादा कमाल है, कमाल है जी। कसीदे को मजा कीता है, तुम्हारे हुक्म दी तमील हो गई, वादा वफाई हो गई। अच्छा चलो ठीक, चलो ठीक है, मसाहब भी पढ़ देना, बड़े मसाहब, नो टेंशन मेरा बाबा जान।